ਫਾਜ਼ਿਲਕਾ ਦੇ ਰੇਲਵੇ ਅੰਡਰ ਬ੍ਰਿਜ ਦੇ ਵਿੱਚੋਂ ਨਹੀਂ ਨਿਕਲਿਆ ਪਾਣੀ ਲੋਕ ਹੋ ਰਹੇ ਹਨ ਪਰੇਸ਼ਾਨ ਸਰਕਾਰ ਤੋਂ ਕੀਤੀ ਪੁਲ ਦੇ ਵਿੱਚ ਸੀਵਰੇਜ ਸਿਸਟਮ ਸਹੀ ਕਰਨ ਦੀ ਮੰਗ ਫਾਜ਼ਿਲਕਾ ਦੇ ਰੇਲਵੇ ਅੰਡਰ ਬ੍ਰਿਜ ਦੇ ਵਿੱਚ ਪਾਣੀ ਦੋ ਦਿਨਾਂ ਤੋਂ ਭਰਿਆ ਹੋਇਆ ਜਿਸ ਨੂੰ ਲੈ ਕੇ ਲੋਕ ਪਰੇਸ਼ਾਨ ਹਨ ਸ਼ਨੀਵਾਰ ਨੂੰ ਆਈ ਬਰਸਾਤ ਤੋਂ ਬਾਅਦ ਇੱਥੇ ਪਾਣੀ ਭਰ ਗਿਆ ਸੀ ਜਿਸ ਤੋਂ ਬਾਅਦ ਹਾਲਾਤ ਕਾਫੀ ਗੰਭੀਰ ਹੁੰਦੇ ਜਾ ਰਹੇ ਹਨ ਅਤੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇੱਥੋਂ ਲੰਘਣ ਵਾਲੇ ਰਾਹਗੀਰਾਂ ਨੇ ਦੱਸਿਆ ਕਿ ਪਿਛਲੇ 2-3 ਦਿਨਾਂ ਤੋਂ ਇੱਥੇ ਪਾਣੀ ਭਰਿਆ ਹੋਇਆ ਹੈ ਜਿਸ ਤੋਂ ਚਲਦਿਆਂ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕਾਂ ਵੱਲੋਂ ਸਰਕਾਰ ਤੋਂ ਇੱਥੇ ਸੀਵਰੇਜ ਸਿਸਟਮ ਸਹੀ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਮੈਂ ਤੁਹਾਡਾ ਜੀ ਮੇਰਾ ਗੁਰਚਰਨ ਸਿੰਘ ਜੀ ਗੁਰਚਰਨ ਸਿੰਘ ਜੀ ਤੁਸੀਂ ਐਕਟਿਵਾ ਵਾਪਸ ਮੋੜੀ ਕੀ ਕਾਰਨ ਰਿਹਾ ਜੀ ਫਿਰ ਪਾਣੀ ਬਹੁਤ ਖੜਾ ਹੈ ਤੇ ਪਤਾ ਨਹੀਂ ਕਿਹੜੇ ਵੇਲੇ ਅੰਦਰ ਜਾ ਕੇ ਫਸ ਜੀਏ ਤੇ ਅੱਗੇ ਡਿਊਟੀ ਜਾਣਾਂਗੇ ਤੇ ਡੇਢ ਹੋ ਜੀਏ ਕਿੰਨੇ ਦਿਨ ਤੋਂ ਇਹ ਪਾਣੀ ਖੜਾ ਹੈ ਜੀ ਇਹ ਤਾਂ 2 ਦਿਨ ਤੋਂ ਖੜਾ ਲੱਗ ਮੀਂਹ ਪਿਆ ਨਾ ਪਰਸੋਂ ਜੀ ਇਹ ਅੱਗੇ ਵੀ ਇਸੇ ਤਰ੍ਹਾਂ ਹੀ ਸਮੱਸਿਆ ਆਉਂਦੀ ਹੈ ਜੀ ਬਿਲਕੁਲ ਜੀ ਇਸ ਤਰ੍ਹਾਂ ਹੀ ਹੁੰਦੀ ਹੈ ਜੀ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਇਹਦਾ ਹੱਲ ਕੀਤਾ ਜਾਵੇ ਕੋਈ ਕਿਉਂਕਿ ਇਹ ਰਸਤਾ ਇੱਕ ਆਮ ਆਵਾਜਾਈ ਦਾ ਰਸਤਾ ਜੀ ਇਹਨੂੰ ਇਹਦਾ ਹੱਲ ਕਰਕੇ ਸਾਡੀ ਜਨਤਾ ਦੀ ਮੁਸ਼ਕਲ ਨੂੰ ਹੱਲ ਕੀਤਾ ਜਾਵੇ